a South Asian Canadian channel. ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਬਹੁਤ ਵੱਡੀਆਂ ਵੱਡੀਆਂ ਉਮੀਦਾਂ ਲਾ ਕੇ ਭੇਜੇ ਹੋਏ MLA ਸਾਹਿਬਾਨ, ਵਿਰੋਧੀ ਧਿਰ ਵੱਲੋਂ ਜਿੰਨੇ ਵੀ ਮਾਣਯੋਗ MLA ਸਾਹਿਬਾਨ ਪਹੁੰਚੇ ਨੇ, ਉਹਨਾਂ ਦਾ ਅਤੇ ਉਹਨਾਂ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ, ਜਿਨ੍ਹਾਂ ਨੇ ਵਿਰੋਧੀ ਧਿਰ ਨੂੰ ਡਾਇਰੈਕਸ਼ਨਸ ਦੇਣੀਆਂ ਹੁੰਦੀਆਂ ਨੇ ਕਿ ਇਸ ਗੱਲ 'ਤੇ ਆਪਾਂ ਸਰਕਾਰ ਨੂੰ ਸਵਾਲ ਪੁੱਛਣਾ ਹੈ, ਇਸ ਗੱਲ 'ਤੇ ਜਵਾਬ ਹਜੇ ਕੰਪਲੀਟ ਨਹੀਂ ਆਇਆ ਕਿ ਐਕਸ਼ਨ ਲੈਣਾ। ਭਾਰਤ ਦੀਆਂ ਤਿੰਨੋਂ ਪ੍ਰਣਾਲੀਆਂ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਬਹੁਤ ਹੀ ਐਕਟਿਵ ਅਤੇ ਬਹੁਤ ਹੀ ਵੋਕਲ ਰਹੇ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਸਾਹਿਬ, ਆਫਿਸਰ ਸਾਹਿਬਾਨ, ਅੱਜ ਦੇ ਇਸ ਪ੍ਰੋਗਰਾਮ ਦੀ, ਇਸ ਟ੍ਰੇਨਿੰਗ ਸੈਸ਼ਨ ਦੀ ਜਿਹੜਾ ਸੈਕਿੰਡ ਹਾਫ ਹੋਊਗਾ ਉਹਦੇ ਵਿੱਚ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਉੱਥੋਂ ਦੇ ਡਾਇਰੈਕਟਰ ਅਨਿਰੁੱਧ ਤਿਵਾੜੀ ਜੀ, ਜਿੰਨੇ ਵੀ ਆਫਿਸਰ ਸਾਹਿਬਾਨ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਪਹਿਲਾਂ ਬੋਲਦਿਆਂ ਸਭ ਨੇ ਇਹੀ ਗੱਲ ਕਹੀ ਹੈ ਕਿ ਇਹ ਸਦਨ ਜਿਹੜਾ ਬੜਾ ਪਵਿੱਤਰ ਹੈ ਔਰ ਲੋਕਾਂ ਨੇ ਆਪਾਂ ਨੂੰ ਬਹੁਤ ਵੱਡੀਆਂ ਵੱਡੀਆਂ ਉਮੀਦਾਂ ਨਾਲ ਇੱਥੇ ਭੇਜਿਆ, ਭਾਵੇਂ ਉਹ ਖੱਬੇ ਪਾਸੇ ਵਾਲੇ ਬੈਂਚ ਨੇ, ਭਾਵੇਂ ਸੱਜੇ ਪਾਸੇ ਵਾਲੇ ਬੈਂਚ ਨੇ। ਅਤੇ ਲੋਕ ਦੇਖਦੇ ਨੇ ਕਿ ਜਿਹਦੇ ਵਾਸਤੇ ਅਸੀਂ ਸਵੇਰੇ 7 ਵਜੇ ਲਾਈਨਾਂ 'ਚ ਲੱਗੇ ਸੀ, ਦੁਪਹਿਰ ਦੇ 12 ਵਜੇ ਸਾਡੀ ਵਾਰੀ ਆਈ ਸੀ, ਜਿਹਦੇ ਵਾਸਤੇ ਦੁਪਹਿਰੇ 12 ਵਜੇ ਲਾਈਨ 'ਚ ਲੱਗੇ ਸੀ, 4 ਵਜੇ ਸਾਡੀ ਵੋਟ ਪਾਉਣ ਦੀ ਵਾਰੀ ਆਈ ਸੀ, ਕੀ ਉਹ ਸਾਡੀਆਂ ਉਮੀਦਾਂ 'ਤੇ ਪੂਰਾ ਉਤਰਦਾ? ਕਿ ਉਹ ਜਦੋਂ ਸਾਡੇ ਪਿੰਡ ਆਇਆ ਸੀ ਜਾਂ ਸਾਡੇ ਘਰ ਦਾ ਬੂਹਾ ਖੜਕਾਇਆ ਸੀ, ਜੋ ਉਹਨੇ ਵਾਅਦੇ ਕਿਹਾ ਸੀ, ਕਿ ਉਹਨਾਂ 'ਤੇ ਖਰਾ ਉਤਰਦਾ? ਪੂਰੇ ਕਰਨ ਲਈ ਕੋਈ ਯਤਨ ਕਰ ਰਿਹਾ? ਤਾਂ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ। ਪੰਜਾਬ ਜਿਹੜਾ ਉਹ ਬਹੁਤ ਨੌਲੇਜੇਬਲ ਸਟੇਟ ਹੈ, ਪੰਜਾਬ ਦੇ ਲੋਕ ਬਹੁਤ ਜਾਣਕਾਰੀ ਰੱਖਦੇ ਨੇ, ਖਾਸ ਤੌਰ 'ਤੇ ਰਾਜਨੀਤੀ ਦੀ। ਇਹ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਕੌਣ ਕੀ ਕਰੀ ਜਾਂਦਾ। ਸ਼ਾਇਦ ਉੱਧਰ ਦੀਆਂ ਸਟੇਟਾਂ 'ਚ ਕਿਤੇ ਹੋਊਗਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੀ ਹੁੰਦਾ ਇਹ। ਉਹ ਤਾਂ ਇੱਕ ਵਾਰੀ ਵੋਟਾਂ ਪਾ ਕੇ ਕਹਿ ਦਿੰਦੇ ਨੇ ਜੀ ਸਰਕਾਰ ਹੈ, ਪਤਾ ਨਹੀਂ ਕਿਹਦੀ ਹੈ। ਪਰ ਸਾਡੇ ਲੋਕ ਜਿਹੜੇ ਨੇ, ਭਾਵੇਂ ਉਹ ਕਿਸੇ ਭੋਗ 'ਤੇ ਸ਼ਾਮਿਲ ਹੋਈਏ, ਭਾਵੇਂ ਕਿਸੇ ਵਿਆਹ 'ਤੇ ਸ਼ਾਮਿਲ ਹੋਈਏ, ਭਾਵੇਂ ਕਿਸੇ ਜਗਰਾਤੇ ਦਾ ਫੰਕਸ਼ਨ ਹੋਵੇ, ਭਾਵੇਂ ਅੱਖਾਂ ਦਾ ਕੈਂਪ ਹੋਵੇ, 2 ਮਿੰਟ ਤਾਂ ਆਪਾਂ ਉਸ ਟੋਪਿਕ ਦੀ ਗੱਲ ਕਰਦੇ ਹਾਂ ਜਿਹੜੇ ਟੋਪਿਕ ਵਾਸਤੇ ਆਏ ਹੁੰਦੇ ਹਾਂ। 2 ਮਿੰਟਾਂ ਬਾਅਦ ਜਦੋਂ ਚਾਹ ਆ ਜਾਂਦੀ ਹੈ ਅਤੇ ਨਾਲ ਦੀ ਨਾਲ ਫਿਰ ਆਪਾਂ ਚੇਂਜ ਹੋ ਕੇ ਕਹਿੰਦੇ ਹੋਰ ਤੁਹਾਡੇ ਵਾਲੇ ਪਾਸੇ ਕੀ ਚੱਲਦਾ, ਸੜਕਾਂ ਸੁੜਕਾਂ ਦਾ ਕਿਵੇਂ, ਤੁਹਾਡੇ ਵਾਲਾ MLA ਕਿਵੇਂ ਆਉਂਦਾ ਕਿ ਨਹੀਂ, ਮਿਲਦਾ ਮੁੜਦਾ ਕਿ ਨਹੀਂ, ਅਫਸਰ ਕਿਵੇਂ ਨੇ। ਸੋ ਅਸੀਂ ਬਹੁਤ ਪੰਜਾਬੀ ਜਿਹੜੇ ਨੇ ਬਹੁਤ ਜਾਣਕਾਰ ਨੇ, ਜੇ ਜਾਣਕਾਰ ਨੇ ਇਸੇ ਕਰਕੇ ਅੱਜ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਮੈਂਬਰ ਪਾਰਲੀਮੈਂਟ ਨੇ, ਲੰਡਨ ਦੇ ਵਿੱਚ ਮੈਂਬਰ ਪਾਰਲੀਮੈਂਟ, ਨਿਊਜ਼ੀਲੈਂਡ 'ਚ ਮੈਂਬਰ ਪਾਰਲੀਮੈਂਟ ਹੈ ਸਾਡੀ ਪੰਜਾਬੀ, ਔਰ ਮਿਨਿਸਟਰੀ ਦੇ ਜਿਹੜੇ ਟਰੂਡੋ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਸਾਡੇ ਪੰਜਾਬੀ ਲੋਕ। ਸੋ ਵੀ ਆਰ ਗਲੋਬਲ ਸਿਟੀਜ਼ਨਸ, ਅਸੀਂ ਇਕੱਲੇ ਪੰਜਾਬ ਦੇ ਨਹੀਂ, ਅਸੀਂ ਪੂਰੀ ਦੁਨੀਆਂ ਦੇ ਸਿਟੀਜ਼ਨ ਹਾਂ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜਾ ਬਾਜਵਾ ਸਾਹਿਬ, ਜਿਹੜਾ ਪੰਜਾਬ ਹੈ, ਇਹ ਇੱਕੋ ਇੱਕ ਸਟੇਟ ਹੈ, ਵਾਹਿਦ ਸਟੇਟ ਹੈ ਜਿਹਦੀਆਂ ਫਰੈਂਚਾਈਜ਼ ਨੇ। ਵੈਨਕੂਵਰ 'ਚ ਵੀ ਇੱਕ ਪੰਜਾਬ ਵੱਸਦਾ ਹੈ, ਐਡਮਿੰਟਨ ਕੈਲਗਰੀ 'ਚ ਪੰਜਾਬ ਵੱਸਦਾ, ਟੋਰਾਂਟੋ 'ਚ ਪੰਜਾਬ ਵੱਸਦਾ, ਸੈਨੋਜ਼ੇ ਸੈਕਰਾਮੈਂਟੋ ਪੰਜਾਬ ਵੱਸਦਾ, ਆਕਲੈਂਡ ਦੇ ਵਿੱਚ, ਹੈਮਿਲਟਨ 'ਚ, ਪਰਥ, ਸਿਡਨੀ, ਮੈਲਬਰਨ, ਸਿੰਗਾਪੁਰ, ਜਗ੍ਹਾ ਜਗ੍ਹਾ ਪੰਜਾਬ ਵੱਸਦਾ। ਸੋ ਇਸ ਕਰਕੇ ਜ਼ਰੂਰੀ ਨਹੀਂ ਕਿ ਜਿਸ ਵੇਲੇ ਤੁਸੀਂ ਬੋਲ ਰਹੇ ਹੋ ਤੁਹਾਨੂੰ ਤੁਹਾਡੇ ਹਲਕੇ ਦੇ ਲੋਕ ਹੀ ਸੁਣ ਰਹੇ ਨੇ। ਜਦੋਂ ਦਾ ਆਪਾਂ ਨੇ ਇਹ ਲਾਈਵ ਕਰਨ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਮੈਨੂੰ ਵੀ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਜਦੋਂ ਵਿਧਾਨ ਸਭਾ ਸੈਸ਼ਨ ਚੱਲ ਪੈਂਦਾ ਤਾਂ ਅਸੀਂ ਜਿਹੜੇ ਆਪਣੇ ਟਰੱਕ ਨੇ ਉਹਨੂੰ ਰੈਸਟ ਏਰੀਏ 'ਚ ਖੜ੍ਹਾ ਕੇ ਅਸੀਂ ਮੋਬਾਈਲ 'ਤੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸੁਣਦੇ ਹਾਂ। ਸੋ ਇਕੱਲਾ ਇੱਥੇ ਨਹੀਂ, ਪੂਰੀ ਦੁਨੀਆ ਸਾਨੂੰ ਦੇਖ ਰਹੀ ਹੁੰਦੀ ਹੈ ਉਸ ਵੇਲੇ ਕਿ ਅਸੀਂ ਕੀ ਕਰ ਰਹੇ ਹਾਂ। ਮੈਂ ਕਹਿੰਦਾ ਸੀ ਕਿ ਜੇ
ट्रेनिंग सैशन कराउणा है कि विधानसभा किवें चलाउणी है, उहदे लई सब तो बेस्ट टीचर हो सकदे ने प्रताप सिंह बाजवा, क्योंकि ये सत्ता च भी रहे ने, सत्ता वेले भी रहे ने, विरोधी दल च भी रहे ने। असां तां 10-11 महीने पहले ही सत्ता मिली है जी, इस तां पहला बंद कराउण वाले च हुंदे सी वी बंद किवें कराउणी है। पार्लीमेंट च भी तुसीं देखिआ आपां कट्ठे लड़दे रहे हां, तुसीं तां स्पीकर दा माइक भी तोड़ता सी इक दिन, क्योंकि जे नहीं सुनी जाऊगी फिर किसे लैवल तक तां फिर लोकां दा जिहड़ा गुस्सा है वह अपने आप से लैके जाने, असी लोगों का ही गुस्सा लेके जाने असी असल जे ऑपोजिशन चा, कि लोग सानू ऐ कहिंदे ने कि आह गल क्यों नहीं हो रही। सो लोकतंत्र की खूबसूरती है विचारक मतभेद, किसी भी गुलदस्ते दे विच एक रंग के फुल होण उहनू तुसी 2 या 3 दिन तो बाद उस गुलदस्ते नू देख नहीं सकते, बोर हो जाने तुसी उस। रंग बिरंगे फुलां नू ही गुलदस्ता कहिंदे ने, हर रंग होना चाहिए। इत्थे BSP के विधायक ने, इत्थे BJP के विधायक ने, इत्थे कांग्रेस के विधायक ने, अकाली दल के विधायक ने, आम आदमी पार्टी के विधायक ने, आजाद भी विधायक है। सो हर रंग का साढ़े को फुल हैगा इस फुलवाड़ी च, और हरेक नू अपनी अपनी महक है हरेक दी। और स्पीकर साहब मैं तो तुहानू बेनती कर सकता कि होर भी वध टाइम जिहड़ा वो अपोजिशन नू मिलना चाहिए, क्योंकि असी अपोजिशन च रहे हाँ, असी भी तरस तरस के बड़ा नारे ला ला के 20-25 सेकेंट ही लेंदे होंदे सी, पर 20-25 सेकेंट भी बहुत होंदे ने जे बोलना होवे। जिस तरह बाजवा साहब ने कहा कि होमवर्क बहुत जरूरी है, जे मैं एग्जाम्पल देवां बंगाल वालियां दी लोक सभा च मैं देखे ने नेड़े, जां फिर साउथ तमिलनाडु वालियां दी, केरल वालियां दी, जदों वो अपनी स्टेट का मसला होवे उदों भुल जाते हो किहड़ी पार्टी दी है, फिर केरला अग्गे आउंदा, फिर तमिलनाडु वास्ते लड़दे, फिर आंध्रा वास्ते लड़दे, फिर बंगाल दे हुंदे सारे। असी ये देखते रहने नहीं कल्ले नूं कर लैण दे, मेरी इहदे नाल बणदी नहीं, ना ना इहदे नाल तां साडी लड़ाई है उत्थे स्टेट च। सो ये मतभेद जिहड़े ने वह बाद दे विच हो जांदे ने, जे पंजाब नूं कोई दरपेश मुश्किलां ने सेंटर च तां लोक सभा दे विच जिस आम आदमी पार्टी का कोई सांसद है नहीं, तां कांग्रेस जिहड़ी है वह पंजाब नूं रिप्रजेंट, क्योंकि विरोधी धिर च है कांग्रेस, तां वह पंजाब दी सरकार नूं जिहड़ियां मुश्किलां सेंटर वल्लों आ रही ने उहदे बारे आवाज़ उठा सकदे ने। कल मनीष तिवाड़ी जी ने आवाज़ उठाई सी, मैं उहनां नूं डिटेल दित्ती सी कि आह मसला है जी, कि सानूं कहिंदे उड़ीसा तों पहलां ट्रकां च भर के उहनूं प्रदीप पुरी बंदरगाह ते लैके जाओ, उस तों बाद उहनूं जहाज़ च लद्दो समुद्री जहाज, श्रीलंका के उपर दी आके मुंद्रा एयरपोर्ट पर आओ, उत्थे लाहो, फिर उन्हें ट्रेन च लद्दो, फिर लै जाओ। मतलब ये सिर्फ 2 स्टेटां नूं कीता सर, एक राजस्थान एक पंजाब, क्योंकि दोनों स्टेटां नॉन BJP गवर्नमेंट। गुजरात नूं तां उन्होंने कहण नूं करता भी बिच गुजरात भी पा लो, पर मैनूं समझ नहीं आउंदी कि इस तरह के फैसले जिहड़े ने उस तों बाद भी BJP वाले जिहड़े ने ये चाहते हैं कि असी पंजाब दे विच रिप्रजेंट कर देंगे पंजाब नूं किसी पक्ष तों। ऑलरेडी कर्जे थले दबी हुई स्टेट है, और उस कोले नाल असी कड़ा उस कोले नाल कोई ब्लैक कर दे उहदी। अ साउथ एशियन कैनेडियन चैनल।